ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਵਿੰਦਰ ਸਿੰਘ ਬਠਿੰਡਾ ਅਲ ਖਾਲਸਾ। 10 ਦਸੰਬਰ ਜਿਹੜਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਆ, ਉਹਦੇ ਸੰਬੰਧ ਦੇ ਵਿੱਚ ਦਲ ਖਾਲਸਾ ਵੱਲੋਂ ਇੱਕ ਮਾਰਚ ਜਿਹੜਾ ਉਹ ਬਠਿੰਡੇ ਦੀ ਧਰਤੀ ਤੇ ਆਰਗੇਨਾਈਜ਼ ਕੀਤਾ ਗਿਆ। ਇਹ ਮਾਰਚ 9 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋ ਕੇ ਵੱਖ ਵੱਖ ਵਿਚਾਰਾਂ ਵਿੱਚ ਜੀ ਹੁੰਦਾ ਹੋਇਆ ਫਾਇਰ ਬ੍ਰਿਗੇਡ ਚੌਂਕ ਦੇ ਉੱਤੇ ਆ ਕੇ ਸਮਾਪਤ ਹੋਏਗਾ। ਉਸੇ ਸੰਬੰਧ ਦੇ ਵਿੱਚ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਰੱਖੀ ਹੈ, ਅਤੇ ਉਚੇਚੇ ਤੌਰ 'ਤੇ ਭਾਈ ਪਰਮਜੀਤ ਸਿੰਘ ਮੰਡ ਜਿਹੜੇ ਕਿ ਦਲ ਖਾਲਸਾ ਦੇ ਮੁੱਖ ਬੁਲਾਰਾ ਨੇ ਉਹ ਪਹੁੰਚੇ ਨੇ ਤਾਂ ਜੋ ਪ੍ਰੈਸ ਨੂੰ ਖਤਮ ਹੋ ਸਕਣ। ਬਾਕੀ ਦੀ ਜਿਹੜੀ ਅੱਗੇ ਦਾ ਵਿਸਥਾਰ ਹੈ ਉਹ ਭਾਈ ਪਰਮਜੀਤ ਸਿੰਘ ਮੰਡ ਦੱਸਣਗੇ ਤੁਹਾਨੂੰ। ਭਾਈ ਫਤਿਹ, ਮੇਰੇ ਤੋਂ ਪਹਿਲਾਂ ਭਾਈ ਗੁਰਵਿੰਦਰ ਸਿੰਘ ਜੀ ਬਠਿੰਡਾ ਹੋਣਾ ਨੇ ਤੁਹਾਨੂੰ ਦੱਸਿਆ ਕਿ ਦਲ ਖਾਲਸਾ ਵੱਲੋਂ ਵਰਲਡ ਹਿਊਮਨ ਰਾਈਟਸ ਡੇ ਦੇ ਮੌਕੇ ਬਠਿੰਡੇ ਦੀ ਧਰਤੀ ਦੇ ਉੱਤੇ ਦਲ ਖਾਲਸਾ ਵੱਲੋਂ ਇੱਕ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਪੂਰੀ ਦੁਨੀਆ ਦੇ ਵਿੱਚ 10 ਦਸੰਬਰ ਨੂੰ ਬਤੌਰ ਵਰਲਡ ਹਿਊਮਨ ਰਾਈਟਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ, ਔਰ 75 ਸਾਲ ਇਸ ਸਾਲ ਪੂਰੇ ਹੋ ਜਾਣੇ ਨੇ ਜਦੋਂ UN ਦੇ ਰੈਜੂਲੇਸ਼ਨ ਤੋਂ ਬਾਅਦ ਇਹ ਦਿਨ ਜਿਹੜਾ ਹੈ ਉਹ ਮਨਾਉਣਾ ਸ਼ੁਰੂ ਹੋਇਆ। ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਜਾਂ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਨੂੰ ਸਸਟੇਨ ਕਰਨਾ ਹੁੰਦਾ, ਉੱਥੇ ਦੇ ਲੋਕ ਇਹਨਾਂ ਦਿਨਾਂ ਨੂੰ ਜ਼ਰੂਰ ਯਾਦ ਕਰਦੇ ਨੇ ਔਰ ਕਿਸੇ ਨਾ ਕਿਸੇ ਰੂਪ ਵਿੱਚ ਮਨਾਉਂਦੇ ਨੇ। ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਇੰਡੀਆ ਦੇ ਬਣੇ ਪਏ, ਲਗਾਤਾਰ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਡਿਆ, ਉਹਦੇ ਵਿਰੁੱਧ ਆਪਣੀ ਆਵਾਜ਼ ਚੁੱਕਣਾ ਹਰ ਇੱਕ ਇਨਸਾਫ ਪਸੰਦ ਜਥੇਬੰਦੀ ਔਰ ਹਰ ਇੱਕ ਇਨਸਾਫ ਪਸੰਦ ਇਨਸਾਨ ਦਾ ਹੱਕ ਆ, ਫਰਜ਼ ਆ। ਉਸੇ ਤਹਿਤ ਦਲ ਖਾਲਸਾ ਵੱਲੋਂ ਹਰ ਸਾਲ ਇਹ ਦਿਨ ਜਿਹੜਾ ਉਹ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਹ ਦਿਨ ਅਸੀਂ ਬਠਿੰਡੇ ਦੀ ਧਰਤੀ ਦੇ ਉੱਤੇ 9 ਤਰੀਕ ਨੂੰ ਪਹਿਲਾਂ ਮਾਰਚ ਹੋਏਗਾ, ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਫਾਇਰ ਬ੍ਰਿਗੇਡ ਚੌਂਕ ਤੱਕ ਮਾਰਚ ਹੋਏਗਾ, ਔਰ ਫਿਰ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਆ ਕੇ ਇੱਕ ਰੈਲੀ ਵੀ ਹੋਏਗੀ ਜਿੱਥੇ ਸਾਡੇ ਵੱਖ ਵੱਖ ਬੁਲਾਰੇ ਬੋਲਣਗੇ। ਕਾਰਨ ਕੀ ਬਣਿਆ ਕਿ ਸਾਨੂੰ ਇਹੋ ਜਿਹੇ ਦਿਨ ਮਨਾਉਣੇ ਪੈਂਦੇ ਨੇ, ਜਾਂ ਕਿਹੜੇ ਨੇ ਮਨੁੱਖੀ ਅਧਿਕਾਰ ਜਿਹੜੇ ਸਾਡੇ ਘਾਣ ਹੁੰਦਾ? ਹਰ ਸਾਲ ਇਹਨਾਂ ਦੀ ਗਿਣਤੀ ਵੱਧਦੀ ਜਾਂਦੀ। ਜਦੋਂ ਅਸੀਂ ਪਿਛਲੇ ਸਾਲ ਮਨਾਇਆ ਸੀ ਉਦੋਂ ਇਹਨਾਂ ਦੀ ਲਿਸਟ ਹੋਰ ਸੀ, ਆ ਇੱਕ ਸਾਲ ਦੇ ਵਿੱਚ ਇੰਡੀਆ ਨੇ ਇਹਦੀ ਲਿਸਟ ਦੇ ਵਿੱਚ ਹੋਰ ਵਾਧਾ ਕਰਤਾ, ਔਰ ਉਹ ਇਕੱਲਾ ਸਾਡੇ ਵਾਸਤੇ ਨਹੀਂ ਗਾ, ਤੁਸੀਂ ਕਸ਼ਮੀਰ ਤੋਂ ਲੈ ਕੇ ਪੰਜਾਬ, ਦਿੱਲੀ ਤੋਂ ਲੈ ਕੇ ਮਣੀਪੁਰ ਤੱਕ ਪਿਛਲੇ ਇੱਕ ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨੁੱਖੀ ਹੱਕਾਂ ਦਾ ਘਾਣ ਹੋਇਆ ਉਹ ਸਾਡੇ ਸਾਹਮਣੇ, ਜਿਸ ਤਰੀਕੇ ਦੇ ਨਾਲ ਮਣੀਪੁਰ ਦੇ ਵਿੱਚ ਅੱਗਾਂ ਲੱਗੀਆਂ, ਔਰਤਾਂ ਦੀ ਬੇਪੱਤੀ ਹੋਈ, ਔਰ ਉਹ ਸਾਰਾ ਕੁਝ ਸਟੇਟ ਸਪੋਂਸਰਡ ਹੋਇਆ ਔਰ ਮੀਡੀਆ ਦੇ ਵਿੱਚ ਸਾਰੀ ਕਵਰੇਜ ਹੋਈ, ਅਸੀਂ ਵੇਖੀ ਆ ਕਿਵੇਂ ਇੱਕ ਖਾਸ ਫਿਰਕੇ ਨੂੰ ਖੁੱਲ੍ਹ ਦਿੱਤੀ ਗਈ, ਉਹ ਦੂਸਰੇ ਫਿਰਕੇ ਨੂੰ ਦੱਬੇ, ਕੁਚਲੇ, ਮਾਰੇ, ਉਹਨੂੰ ਖਤਮ ਕਰੇ, ਉਹਨਾਂ ਦੀ ਔਰਤਾਂ ਦੀ ਬੇਪੱਤੀ ਕਰੇ, ਉਹ ਸਾਡੇ ਸਾਹਮਣੇ ਆ। ਮਣੀਪੁਰ ਵਾਪਰਿਆ, ਪ੍ਰਾਈਮ ਮਿਨਿਸਟਰ ਸਾਹਿਬ ਚੁੱਪ ਨੇ। ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਬਣੇ, ਜਿਹੜਾ ਵੀ ਕੋਈ ਵੱਖਵਾਦ ਦੀ ਸੋਚ ਰੱਖਦਾ ਆ ਸਭ ਜੇਲ੍ਹਾਂ 'ਚ ਦਿੱਤੇ ਹੋਏ ਨੇ। ਇੱਥੋਂ ਤੱਕ ਕਿ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਇੱਥੇ ਪਹੁੰਚੇ ਹੋ, ਕਸ਼ਮੀਰ ਦੇ ਵਿੱਚ ਇੱਦਾਂ ਫੋਨ ਫੜ ਕੇ ਇੱਦਾਂ ਕੈਮਰਾ ਲਾਉਣ ਵਾਲਾ ਬੰਦਾ ਵੀ ਜੇਲ੍ਹਾਂ ਦੇ ਵਿੱਚ, ਜਿਹੜਾ ਉਹਨਾਂ ਲੋਕਾਂ ਨੂੰ ਕਵਰ ਕਰਦਾ ਆ ਉਹ ਵੀ ਜੇਲ੍ਹਾਂ 'ਚ। ਇਹ ਆ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਦੀ ਇਸ ਟਾਈਮ ਸਥਿਤੀ, ਜਿਹਨੂੰ ਕਿ ਰਾਈਟ ਟੂ ਸਪੀਚ ਤੇ ਦੂਰ ਦੀ ਗੱਲ ਆ, ਜਿਹੜਾ ਮੀਡੀਆ ਜਿਹਨੂੰ ਇਹ ਆਪਣਾ ਪਿੱਲਰ ਮੰਨਦਾ ਹੈ ਡੈਮੋਕ੍ਰੇਸੀ ਦਾ, ਉਹ ਵੀ ਇਹਨੇ ਪਿੱਲਰ ਤੋੜ ਮਰੋੜ ਕੇ
ਜੇਲ੍ਹਾਂ ਦੇ ਸੁੱਟ ਦਿੱਤਾ ਆ। ਇੱਥੋਂ ਸਾਫ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਇੱਕ ਲੰਗੜੀ ਡੈਮੋਕ੍ਰੇਸੀ ਰਹਿ ਗਈ, ਇੱਥੇ ਹੁਣ ਕੁੱਝ ਨਹੀਂ ਰਿਹਾ, ਇਹਨੇ ਆਪਣੇ ਪਿੱਲਰ ਸੁੱਟਣੇ ਸ਼ੁਰੂ ਕਰਤੇ ਹੋਏ ਆ। ਔਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇੰਡੀਆ ਨੇ ਇਹ ਕਿਹਾ ਵੀ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਜੇਲ੍ਹਾਂ ਸੁੱਟੇ ਨੇ, ਬਹੁਤ ਸਾਰੇ ਲੋਕ ਉਹ ਵੀ ਨੇ ਜਿਨ੍ਹਾਂ ਨੂੰ ਬਿਨਾਂ ਵਜ੍ਹਾ ਹੀ ਉਹਨਾਂ ਦੀ ਸੋਚ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਹੈ। ਕਸ਼ਮੀਰ ਦੇ ਵਿੱਚ ਮਸਰਤ ਆਲਮ ਨੇ ਜੇਲ੍ਹ 'ਚ ਨੇ, ਕਿਉਂ ਇਹਨਾਂ ਤੋਂ ਆਜ਼ਾਦੀ ਚਾਹੁੰਦੇ ਨੇ। ਹੋਰ ਬਹੁਤ ਸਾਰੇ ਉਹਨਾਂ ਦੇ ਸੈਪਰੇਟਿਸਟ ਲੀਡਰ ਨੇ ਜੇਲ੍ਹਾਂ 'ਚ ਨੇ, ਕਿਉਂ ਆਜ਼ਾਦੀ ਚਾਹੁੰਦੇ ਨੇ। ਪੰਜਾਬ ਦੇ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਪੁਰਾਣੇ ਵੀ ਸਾਡੇ ਜਿਹੜੇ ਯੋਧੇ ਨੇ, ਉਹ ਜੇਲ੍ਹਾਂ 'ਚ ਨੇ, ਕਿਉਂ? ਕਿਉਂਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ। ਸਾਡੇ ਤਾਂ ਕਸ਼ਮੀਰ ਦਾ ਕੇਸ ਮੰਨ ਲਿਆ ਵੀ ਅਸੀਂ ਇਸ ਮੁਲਕ ਤੋਂ ਅਲੱਗ ਹੋਣਾ ਚਾਹੁੰਦੇ ਹਾਂ, ਤੇ ਇਹਨਾਂ ਨੂੰ ਇਹ ਮਨਜ਼ੂਰ ਨਹੀਂ ਆ, ਤੇ ਇਹਨਾਂ ਨੇ ਸਾਨੂੰ ਜੇਲ੍ਹਾਂ 'ਚ ਸੁੱਟਤਾ, ਜਾਂ ਸਾਡੀ ਆਵਾਜ਼ ਬੰਦ ਕਰਨ ਲਈ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਹਰ ਵਾਰ। ਇਹ ਤਾਂ ਮੰਨੇ ਅਸੀਂ ਉਹ, ਪਰ ਮੈਨੂੰ ਦੱਸੋ ਦਿੱਲੀ ਦੇ ਵਿੱਚ ਬੈਠਾ ਉਮਰ ਖਾਲਦ, ਉਹਦੇ ਨੇ ਦੇਸ਼ ਤੋਂ ਵੱਖ ਹੋਣ ਦੀ ਗੱਲ ਕਰਦਾ ਨਾ, ਕਿੰਨਾ ਚਿਰ ਹੋ ਗਿਆ ਜੇਲ੍ਹ 'ਚ, ਕੌਣ ਬੋਲਦਾ ਉਹਦੇ ਵਾਸਤੇ, ਕੀ ਉਹਦੇ ਵਾਸਤੇ ਉੱਥੇ ਟ੍ਰਾਇਲ ਚੱਲਦੇ ਨੇ, ਕਿੰਨਾ ਕਿੰਨੇ ਚਿਰਾਂ ਤੋਂ ਉਹਨਾਂ ਨੂੰ ਲੈਂਗੁਏਜ ਕੀਤਾ ਜਾ ਰਿਹਾ ਜੇਲ੍ਹਾਂ ਦੇ ਵਿੱਚ। ਮੀਡੀਆ ਦੀ ਮੈਂ ਗੱਲ ਕੀਤੀ ਆ, ਕਸ਼ਮੀਰ ਵੱਲਾਂ ਵਾਲੇ ਜਿਹੜੇ ਨੇ ਹੁਣ ਮਸਾਂ ਬੇਲ ਦੇ ਉੱਤੇ ਆਏ ਨੇ 2 ਸਾਲਾਂ ਬਾਅਦ, ਇਹ ਮੀਡੀਆ ਦਾ ਹਾਲ ਆ ਇੱਥੇ। ਸੋ ਮੇਰਾ ਕਹਿਣ ਦਾ ਮਤਲਬ ਕਿ ਚਾਹੇ ਪੰਜਾਬ ਆ, ਚਾਹੇ ਕਸ਼ਮੀਰ ਆ, ਚਾਹੇ ਮਣੀਪੁਰ ਆ, ਚਾਹੇ ਦਿੱਲੀ ਆ, ਚਾਹੇ ਕੋਈ ਵੀ ਸੂਬਾ ਆ ਇਹਨਾਂ ਦਾ, ਇਸ ਮੁਲਕ ਦੇ ਵਿੱਚ ਜਿਹੜਾ ਵੀ ਬੰਦਾ ਸਟੇਟ ਦੀ, ਜਿਹੜਾ ਵੀ ਬੰਦਾ ਸਰਕਾਰ ਦੀ ਸੁਰ ਨਾਲੋਂ ਅਲੱਗ ਸੁਰ ਰੱਖਦਾ, ਚਾਹੇ ਉਹ ਇਸ ਮੁਲਕ ਦੇ ਨਾਲ ਰਹਿਣਾ ਚਾਹੁੰਦਾ ਤੇ ਚਾਹੇ ਨਹੀਂ ਰਹਿਣਾ ਚਾਹੁੰਦਾ, ਉਹਨਾਂ ਸਾਰਿਆਂ ਦੇ ਇਹਨਾਂ ਨੇ ਅਧਿਕਾਰ ਕੁਚਲ ਕੇ ਰੱਖਤੇ, ਔਰ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੁੱਪ ਕਰਾਉਣ ਲਈ ਦਰੜਨ ਦੀ ਕੋਸ਼ਿਸ਼ ਕੀਤੀ, ਔਰ ਅੱਜ ਵੀ ਉਹ ਲਗਾਤਾਰ ਜਾਰੀ ਆ। ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਹੁਣ ਇਹਨਾਂ ਨੂੰ ਦੱਬਣ ਕੁਚਲਣ ਦੇ ਲਈ ਇਹਨਾਂ ਨੇ ਕਾਨੂੰਨੀ ਹੱਥ ਕੰਡੇ ਨੇ, ਕੀ ਆ UAPA NIA ਨੂੰ ਇੰਨੀਆਂ ਤਾਕਤਾਂ ਦਿੱਤੀਆਂ ਹੋਈਆਂ ਨੇ, ਜਿਹੜੇ ਮਰਜ਼ੀ ਘਰ ਆਓ, ਜਿਹੜਾ ਮਰਜ਼ੀ ਨੌਜਵਾਨ ਚੁੱਕ ਕੇ ਲੈ ਜਾਓ, ਪੰਜਾਬ ਪੁਲਿਸ ਨੂੰ ਪਤਾ ਵੀ ਨਹੀਂ ਹੁੰਦਾ ਕਿਹੜੇ ਵੇਲੇ ਇਹਨਾਂ ਦੇ ਪੰਜਾਬ ਦਾ ਨੌਜਵਾਨ ਚੁੱਕ ਕੇ ਦਿੱਲੀ ਲੈ ਜਾਂਦੇ ਨੇ, ਕਿਹੜੇ ਵੇਲੇ ਕਸ਼ਮੀਰ ਦਾ ਨੌਜਵਾਨ ਚੁੱਕ ਕੇ ਦਿੱਲੀ ਲੈ ਜਾਂਦੇ ਨੇ, ਤਿਹਾੜ ਦੇ ਵਿੱਚ ਕਸ਼ਮੀਰੀਆਂ ਦੇ ਗੁਆਂਢੀ ਨੂੰ ਨਹੀਂ ਪਤਾ ਹੁੰਦਾ। ਇਹ ਚਾਹੇ ਉਹ UAPA ਚਾਹੇ NSA ਜਾਂ NIA ਨੇ, ਜਿਹੜੀਆਂ ਤਾਕਤਾਂ ਨੇ ਸਾਰੀਆਂ, ਜਿਹੜੇ ਡਰੈਕੋਨੀਅਨ ਲਾਅਸ ਨੇ, ਇਹਨਾਂ ਦੇ ਰਾਹੀਂ ਸਾਡੇ ਨੌਜਵਾਨ ਵੀ ਹੁਣ ਪਿਛਲੇ 1 ਸਾਲ ਦੇ ਵਿੱਚ ਤੁਸੀਂ ਵੇਖੋ, ਮੈਂ ਲੰਬਾ ਨਹੀਂ ਜਾਂਦਾ ਪਿੱਛੇ, ਪਿਛਲੇ 1 ਸਾਲ 'ਚ ਵੇਖੋ ਕਿੰਨੇ ਨੇ ਜਿਨ੍ਹਾਂ ਨੇ ਸਿਰਫ ਇੱਕ ਸੋਚ ਦੇ ਕਰਕੇ NSA ਲਾ ਕੇ ਅਤੇ ਜੇਲ੍ਹਾਂ ਦੇ ਵਿੱਚ ਭੇਜਤਾ, ਇਹ ਸੋਚ ਹੀ ਆ ਨਾ। ਉਸ ਸੋਚ ਨੂੰ ਦੱਬਣ ਦੀਆਂ ਹਰ ਵਾਰ ਇੰਡੀਅਨ ਸਟੇਟ ਕੋਸ਼ਿਸ਼ ਕਰਦੀ ਆ, ਜਿਹਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ, ਔਰ ਅਸੀਂ ਆਪਣੀ ਆਵਾਜ਼ ਹਮੇਸ਼ਾ ਚੁੱਕਦੇ ਰਹੇ ਔਰ ਚੁੱਕਦੇ ਰਹਾਂਗੇ। ਔਰ 9 ਤਰੀਕ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਵਿਸ਼ੇ ਵਿਚਾਰੇ ਜਾਣ, ਔਰ ਅਸੀਂ ਸੜਕਾਂ ਤੇ ਉਤਰਾਂਗੇ ਉਹਨਾਂ ਲੋਕਾਂ ਦੀ ਆਵਾਜ਼ ਬਣਨ ਦੇ ਲਈ ਜਿਨ੍ਹਾਂ ਲੋਕਾਂ ਦੀ ਆਵਾਜ਼ ਇਹਨਾਂ ਨੇ ਬੰਦ ਕੀਤੀ, ਉਹ ਕਸ਼ਮੀਰ ਤੋਂ ਲੈ ਕੇ ਪੰਜਾਬ ਮਣੀਪੁਰ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ, ਹਰ ਇੱਕ ਬੰਦੇ ਦਾ ਇੱਥੇ ਜਿਹੜੇ ਹੱਕਾਂ ਦੀ ਆਵਾਜ਼ ਆ, ਅਸੀਂ 9 ਤਰੀਕ ਨੂੰ ਬਠਿੰਡੇ ਦੀ ਧਰਤੀ ਦੇ ਉੱਤੇ ਚੁੱਕਾਂਗੇ। ਅਗਲੀ ਗੱਲ ਜਿਹੜੀ ਹੁਣ ਜੁੜਦੀ ਆ ਨਾਲ, ਇਹ ਤੇ ਉਹਨੇ ਜਿਹੜੇ ਬੁਨਿਆਦੀ ਮਨੁੱਖੀ ਅਧਿਕਾਰ ਨੇ, ਹੁਣ ਦੇ ਸਮਿਆਂ ਦੇ ਵਿੱਚ ਤੁਸੀਂ ਪਿਛਲੇ 1 ਸਾਲ ਦੇ ਵਿੱਚ ਅਸੀਂ ਇਹ ਵੀ ਵੇਖਿਆ ਆ, ਉਹ ਲੋਕ ਜਿਹੜੇ ਇਹਨਾਂ ਦੇ ਨਾਲ ਇਕਸੁਰਤਾ ਨਹੀਂ ਪ੍ਰਗਟਾਉਂਦੇ ਜਾਂ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਨੇ, ਇੱਕ ਤਾਂ ਹੁੰਦਾ ਤੁਸੀਂ ਚੁੱਕ ਕੇ ਉਹਨਾਂ ਨੂੰ ਜੇਲ੍ਹਾਂ ਸੁੱਟਤਾ, ਟ੍ਰਾਇਲ 'ਚ ਲਾਇਆ, ਉਹਨਾਂ ਦੇ ਕੇਸ ਪਾਏ, ਉਹ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਸਜਾਵਾਂ ਦਿੱਤੀਆਂ ਅਤੇ ਜੇਲ੍ਹਾਂ ਹੀ ਦੇ ਦਿੱਤੇ। ਜਿਹੜੇ ਲੋਕ ਇਹਨਾਂ ਦੇ ਕਾਨੂੰਨ ਦੀ ਗ੍ਰਿਫਤ 'ਚ ਨਹੀਂ ਆਉਂਦੇ, ਜਿਹੜੇ ਲੋਕ ਇਹ ਕਾਨੂੰਨੀ ਤੌਰ 'ਤੇ ਉਹਨਾਂ ਤੱਕ ਆਪਣੇ ਹੱਥ ਨਹੀਂ ਪਹੁੰਚਾ ਪਾਉਂਦੇ, ਉਹਦਾ ਹੁਣ ਇੰਡੀਆ ਨੇ ਇੱਕ ਨਵਾਂ ਪੈਂਤਰਾ ਲੱਭ ਲਿਆ ਆ, ਟਰਾਂਸਨੈਸ਼ਨਲ ਓਪਰੇਸ਼ਨਸ। ਜੇ ਉਹ ਮੁਲਕ ਤੋਂ ਬਾਹਰ ਨੇ, ਮੁਲਕ ਵਾਲੇ ਤਾਂ ਸਾਰੇ ਇਹਨਾਂ ਦੇ ਸਾਹਮਣੇ ਖਲੋਤੇ ਨੇ, ਇੱਥੇ ਜਿਹਨੂੰ ਮਰਜ਼ੀ ਗੁੱਠੋ ਫੜ ਕੇ ਲੈ ਜਾਂਦੇ ਆ, ਜਿਹੜੇ ਇਸ ਮੁਲਕ ਤੋਂ ਬਾਹਰ ਨੇ ਔਰ ਜਿੱਥੇ ਇਹਨਾਂ ਦਾ ਕਾਨੂੰਨ ਨਹੀਂ ਚੱਲਦਾ, ਹੁਣ ਇੰਡੀਆ ਨੇ ਟਰਾਂਸਨੈਸ਼ਨਲ ਓਪਰੇਸ਼ਨਸ ਪਿਛਲੇ 1 ਸਾਲਾਂ ਦੇ ਵਿੱਚ ਵਿੱਢੇ ਹੋਏ ਆ। ਸ਼ੁਰੂਆਤ ਜਿਹੜੀ ਸਿੱਖਾਂ ਦੇ ਵਿੱਚ ਹੋਈ, ਪਾਕਿਸਤਾਨ ਦੀ ਧਰਤੀ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵਾੜ ਦਾ ਕਤਲ ਹੋਇਆ, ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਭੇਦ ਭਰੇ ਹਾਲਾਤ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਡੈਥ ਹੋਈ ਹੈ।
ਇਵੇਂ ਹੀ ਉਸੇ ਲੜੀ ਦੇ ਵਿੱਚ ਚੱਲਦੇ ਹੁਣ ਲੇਟੈਸਟ ਜਿਹੜੀ ਡਿਵੈਲਪਮੈਂਟ ਹੈ ਉਹ ਹੈ ਕਿ US ਦੀ ਧਰਤੀ ਦੇ ਉੱਤੇ US ਦੇ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਸੀ ਉਹ ਬੇਨਕਾਬ ਹੋਈਆਂ ਔਰ ਉਹਦੇ ਵਿੱਚ ਇੱਕ ਭਾਰਤੀ ਮੂਲ ਦਾ ਬੰਦਾ ਫੜਿਆ ਗਿਆ। ਉਹ ਕੇਸ ਸਾਰਾ ਤੁਹਾਨੂੰ ਪਤਾ, ਮੈਂ ਉਹਨੂੰ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ। ਗੱਲ ਸਿਰਫ ਮੈਂ ਇੰਨੀ ਕਹਿਣਾ ਚਾਹੁੰਦਾ ਹਾਂ ਕਿ ਇੰਨਾ ਕਿਸੇ ਦੇ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਵੱਖਰੀ ਗੱਲ। ਪੰਨੂ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ, ਉਹਦੇ ਕੰਮ ਕਰਨ ਦੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਮੈਂ ਸਹਿਮਤ ਨਹੀਂ ਹੋ ਸਕਦਾ, ਪਰ ਉਹਦੇ ਕੰਮ ਕਰਨ ਦੇ ਤਰੀਕੇ ਜਾਂ ਉਹਦੀਆਂ ਗੱਲਾਂ ਦੇ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇਹ ਕਦੀ ਵੀ ਇਜਾਜ਼ਤ ਨਹੀਂ ਦਿੰਦਾ ਕਿ ਉਸ ਬੰਦੇ ਨੂੰ ਸਰੀਰਕ ਤੌਰ ਦੇ ਉੱਤੇ ਐਲੀਮੀਨੇਟ ਕੀਤਾ ਜਾਵੇ। ਸੋ ਅਸੀਂ ਇਹਨਾਂ ਟਰਾਂਸਨੈਸ਼ਨਲ ਕਿਲਿੰਗਸ ਦੇ ਖਿਲਾਫ ਵੀ ਖੜਾਂਗੇ ਔਰ ਅਸੀਂ ਲੜਾਂਗੇ ਆਪਣੇ ਹੱਕਾਂ ਦੇ ਲਈ, ਆਪਣੀ ਗੱਲ ਬੋਲਣ ਦੀ, ਆਪਣੇ ਰਾਈਟ ਟੂ ਫਰੀਡਮ ਦੀ ਗੱਲ ਜਿਹੜੀ ਆ ਉਹ ਅਸੀਂ ਕਰਦੇ ਰਹਾਂਗੇ। ਔਰ ਆਜ਼ਾਦੀ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਗਾ। ਇੰਡੀਆ ਵੀ ਆਜ਼ਾਦੀ ਦੀਆਂ ਗੱਲਾਂ ਕਰ ਕਰਕੇ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਹੈ। ਤੇ ਜੇ ਇਹੋ ਹੀ ਤੁਹਾਡੇ ਪੈਮਾਨਣ ਤੇ, ਤਾਂ ਮਤਲਬ ਤੁਸੀਂ ਆਪਣੇ ਜਿਹੜੇ ਤੁਹਾਡੇ ਤੁਸੀਂ ਆਪਣੇ ਨਾਇਕ ਮੰਨਦੇ ਹੋ ਨਾ ਸਾਰਿਆਂ ਨੂੰ ਇਸੇ ਕੈਟਾਗਰੀ 'ਚ ਰੱਖਦੇ ਹੋ ਜਿੰਨੇ 'ਚ ਅੱਜ ਸਾਨੂੰ ਰੱਖਦੇ ਹੋ। ਸੋ ਹਰ ਉਸ ਚੀਜ਼ ਦੇ ਵਿਰੁੱਧ ਅਸੀਂ ਬੋਲਾਂਗੇ ਜਿਹੜੀ ਚੀਜ਼ ਦੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਏਗਾ ਅਸੀਂ ਉਹਦੇ ਵਿਰੋਧ ਦੇ ਵਿੱਚ ਖੜਾਂਗੇ। ਸੋ ਉਹਦੇ ਤਹਿਤ ਹੀ ਅਸੀਂ ਬਠਿੰਡੇ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਰੱਖਿਆ ਆ ਔਰ ਇਹ ਤੇ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਵੇਖ ਰਿਹਾ ਸਾਹਮਣੇ। ਹੁਣ ਅਗਲੀ ਗੱਲ ਜਿਹੜੀ ਸਾਹਮਣੇ ਆਉਣੀ ਚਾਹੀਦੀ ਆ ਉਹ ਇਹ ਆ ਕਿ ਜਿਹੜੀ ਉਹ ਰਿਪੋਰਟ ਹੈ ਅਮੈਰੀਕਾ ਦੀ ਉਹਦੇ 'ਚ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਇੰਡੀਆ ਨੇ ਜਾਂ ਇੰਡੀਆ ਦੀ ਏਜੰਸੀ ਨੇ ਹਿੱਟ ਲਿਸਟ ਬਣਾਈ। ਹਿੱਟ ਲਿਸਟ ਕੀ ਆ, ਕਾਹਦੇ ਵੱਲ ਨੂੰ ਇਸ਼ਾਰਾ ਕਰਦੀ ਆ ਕਿ ਜੇ ਤੁਸੀਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਪੰਜਵੜ ਨੂੰ ਕਤਲ ਕਰ ਸਕਦੇ ਹੋ, ਭਾਈ ਪਰਮਜੀਤ ਸਿੰਘ ਪੰਜਵੜ ਨੂੰ, ਇਹਦਾ ਮਤਲਬ ਇਹ ਮੰਨੀਏ ਵੀ ਉਹ ਵੀ ਦੇਣ ਆ ਜਾਏਗਾ ਜਿੱਦਾਂ ਤੁਸੀਂ ਦਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਨੂੰ ਵੀ ਹੱਥ ਪਾਓਗੇ, ਜਿੱਦਾਂ ਤੁਸੀਂ ਭਾਈ ਵਧਾਵਾ ਸਿੰਘ ਨੂੰ ਪਾਓਗੇ, ਪਾ ਸਕਦੇ ਨੇ ਨਾ। ਅਸੀਂ ਮਤਲਬ ਅਸੀਂ ਆਪਣੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅਸੀਂ ਉਸ ਦਿਨ ਦਾ ਉਡੀਕ ਕਰ ਰਹੇ ਹਾਂ ਜਿੱਦਣ ਇਹਨਾਂ ਲੋਕਾਂ ਦੇ ਨਾਮ ਵੀ ਤੁਹਾਡੇ ਸਾਹਮਣੇ ਆਉਣਗੇ ਕਿ ਅੱਜ ਫਲਾਨੀ ਥਾਂ ਦੇ ਉੱਤੇ ਫਲਾਨਾ ਸਿੱਖ ਲੀਡਰ ਕਤਲ ਹੋ ਗਿਆ। ਜੇ ਇਹ ਕੈਨੇਡਾ 'ਚ ਜਾ ਸਕਦੇ ਨੇ, ਅਮੈਰੀਕਾ ਜਾ ਸਕਦੇ ਨੇ, ਮੰਨ ਲਈਏ ਅਸੀਂ ਵੀ ਉੱਥੇ ਫਿਰ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਬੈਠੇ ਨੇ ਸਾਡੇ ਖਾਲਿਸਤਾਨ ਦੇ, ਉਹਨਾਂ ਨੂੰ ਵੀ ਹੱਥ ਪਏਗਾ ਇੱਕ ਦਿਨ, ਉਹਨਾਂ ਨੂੰ ਵੀ ਤੁਸੀਂ ਖਤਮ ਕਰ ਸਕਦੇ ਹੋ। ਡਾਕਟਰ ਅਮਰਜੀਤ ਸਿੰਘ ਬੈਠੇ ਨੇ, ਡਾਕਟਰ ਅਮਰੀਕ ਸਿੰਘ ਗਿੱਲ ਬੈਠੇ ਨੇ, ਕਿੰਨੇ ਨੇ ਸਾਡੇ ਜਿਹੜੇ ਉੱਥੇ ਖਾਲਿਸਤਾਨੀ ਯੋਧੇ ਬੈਠੇ ਨੇ, ਤੁਸੀਂ ਉਹਨਾਂ ਸਾਰੇ ਤੁਹਾਡੀ ਹਿੱਟ ਲਿਸਟ ਦੇ ਉੱਤੇ ਨੇ। ਸੋ ਉਹ ਹਿੱਟ ਲਿਸਟ ਕਿਹੜੀ ਆ, ਬਾਹਰ ਆਉਣੀ ਚਾਹੀਦੀ ਆ ਔਰ ਇੰਡੀਆ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਜਿਸ ਤਰੀਕੇ ਨਾਲ ਨੰਗਾ ਆਇਆ ਹੈ ਉਹਦੇ ਬਾਅਦ ਹੁਣ ਇਹ ਗੱਲਾਂ ਸਾਰੀਆਂ ਬਾਹਰ ਆਉਣੀ ਚਾਹੀਦੀ ਵੀ ਕਿਹਨੂੰ ਕਿਹਨੂੰ ਇੰਡੀਆ ਟਾਰਗੇਟ ਕਰਨਾ ਚਾਹੁੰਦਾ, ਖਾਸ ਤੌਰ ਦੇ ਉੱਤੇ ਸਾਡੇ ਮਸਲਿਆਂ ਦੇ ਵਿੱਚ। ਸੋ ਉਹ ਚੀਜ਼ਾਂ ਬਾਹਰ ਆਉਣ, ਅਸੀਂ ਇਹ ਦਿਨ ਨਹੀਂ ਡੀਕਣਾ। ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿੱਦਣ ਉਹ ਲਿਸਟ ਦੇ ਵਿੱਚ ਇੰਡੀਆ ਅੱਗੇ ਵੱਧਦਾ ਜਾਵੇ, ਇਹ ਕਿਲਿੰਗਸ ਇੱਕ ਨੋਰਮਲ ਬਣ ਜਾਣ, ਜਿੱਦਾਂ ਕਰੋਨਾ ਦੇ ਵਿੱਚ ਮਾਸਕ ਪਾਉਣਾ ਬਾਅਦ 'ਚ ਨੋਰਮਲ ਬਣ ਗਿਆ ਹੈ ਨਾ। ਪਹਿਲਾਂ ਜਦੋਂ ਨਵਾਂ ਨਵਾਂ ਕਿਸੇ ਨੇ ਮਾਸਕ ਪਾਇਆ ਦੁਨੀਆ ਲੱਗਦਾ ਪਤਾ ਨਹੀਂ ਕੀ ਇਹਨੇ ਮੂੰਹ 'ਤੇ ਬੰਨ ਲਿਆ, ਜਦੋਂ ਪੈਣੇ ਸ਼ੁਰੂ ਹੋ ਗਏ ਲੋਕਾਂ ਲੱਗਾ ਨਿਊ ਨੋਰਮਲ ਆ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਆਈਆਂ, ਲੋਕਾਂ ਨੂੰ ਪਹਿਲੀ ਜਦੋਂ ਹੋਈ ਦੁਨੀਆ ਸੜਕਾਂ 'ਤੇ ਉਤਰੀ, ਇਹਨਾਂ ਨਹੀਂ ਲੜੀ ਛੱਡੀ, ਹੁਣ ਲੱਗਦਾ ਲੋਕਾਂ ਨੂੰ ਇੱਕ ਨਿਊ ਨੋਰਮਲ ਹੈ, ਇਹ ਤਾਂ ਆਮ ਹੀ ਆ। ਇੱਦਾਂ ਹੀ ਇਹ ਕਿਲਿੰਗਸ ਹੈ, ਇਹ ਲੋਕਾਂ ਨੂੰ ਖਤਮ ਕਰਨਾ ਵੀ ਹੁਣ ਨਿਊ ਨੋਰਮਲ ਬਣਾਉਣਾ ਚਾਹੁੰਦਾ ਇੰਡੀਆ। ਸੋ ਇਹ ਅਸੀਂ ਨਹੀਂ ਹੋਣ ਦੇਣਾ ਔਰ ਇਹਨਾਂ ਕਿਲਿੰਗਸ ਦੇ ਖਿਲਾਫ ਅਸੀਂ ਖੜਨਾ ਆ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਔਰ ਇਕੱਲਾ ਖੜਨਾ, ਲੜਨਾ, ਬੋਲਣਾ ਆ, ਤਾਂ ਹੀ ਇਹ ਕਿਲਿੰਗਸ ਰੁਕਣਗੀਆਂ। ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ, ਉਤਰੋ ਸੜਕਾਂ ਦੇ ਉੱਤੇ, ਨਾ ਉਡੀਕੋ ਉਹ ਦਿਨ ਜਿੱਦਣ ਹੋਰ ਕਿਸੇ ਸਾਡੇ ਯੋਧੇ ਦਾ ਨਾਮ ਆਵੇ ਲਿਸਟ ਦੇ ਵਿੱਚ, ਅਤੇ ਉਹ ਤੋਂ ਬਾਅਦ ਫਿਰ ਅਸੀਂ ਉਹਦਾ ਭੋਗ ਪਾਉਂਦੇ ਫਿਰੀਏ। ਅਸੀਂ ਭੋਗ ਨਹੀਂ ਪਾਉਣੇ, ਅਸੀਂ ਖੜਨਾ ਹੈ ਇੱਥੇ, ਲੜਨਾ ਹੈ ਉੱਥੇ ਔਰ ਇਹ ਕਿਸੇ ਨੂੰ ਅਧਿਕਾਰ ਨਹੀਂ ਗਾ, ਖਾਸ ਤੌਰ 'ਤੇ ਇਨਸਾਨ ਕਿਸੇ ਨੂੰ ਵੀ ਅਧਿਕਾਰ ਨਹੀਂ ਗਾ ਕਿਸੇ ਦੂਸਰੇ ਦੀ ਜਾਨ ਲੈਣ ਦਾ, ਇਹ ਸਿੱਖ ਸਿਧਾਂਤਾਂ ਦੇ ਵਿੱਚ ਹੀ ਨਹੀਂ ਆਉਂਦਾ। ਇਹਦੇ ਨਾਲ ਹੀ ਜੁੜਦੀ ਗੱਲ ਹੈ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ, ਫਾਂਸੀ ਦੀ ਸਜ਼ਾ ਕਿੰਨੇ ਮਚਿਓਰ ਮੁਲਕ ਨੇ ਜਿਹੜੇ ਦੁਨੀਆ ਦੇ ਜਿਹੜੇ ਕੰਪਲੀਟਲੀ ਰੱਦ ਕਰ ਚੁੱਕੇ ਨੇ, ਅਬੋਲਿਸ਼ ਕਰ ਚੁੱਕੇ ਨੇ, ਉਹਨਾਂ ਦੇ ਸੰਵਿਧਾਨ ਹੀ ਨਹੀਂ ਗਾ ਫਾਂਸੀ ਦੇਣਾ ਕਿਸੇ ਵੀ ਕੇਸ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਗੁਨਾਹ ਦੇ ਵਿੱਚ। ਤਕਰੀਬਨ 111 ਮੁਲਕ ਨੇ ਦੁਨੀਆ ਦੇ ਜਿੱਥੇ ਫਾਂਸੀ ਦੀ ਸਜ਼ਾ ਦੀ ਕੋਈ ਪ੍ਰੋਵੀਜ਼ਨ ਨਹੀਂ, ਚਾਹੇ ਕੋਈ ਆਉਂਦੇ ਬੰਦੇ ਨੇ ਅਪਰਾਧ ਕੀਤਾ ਹੋਵੇ, ਉਹਦੀਆਂ ਸਜ਼ਾਵਾਂ ਹੋਰ ਹੋ ਸਕਦੀਆਂ ਨੇ
ਡਿਟੈਂਸ਼ਨ ਜਾਂ ਉਹਨਾਂ ਦੇ ਜਿਹੜੇ ਲੋਸ ਨੇ ਉਹਦੇ ਮੁਤਾਬਕ ਦੇ ਸਕਦੇ, ਬਟ ਫਾਂਸੀ ਦੀ ਸਜ਼ਾ ਨਹੀਂ ਹੈਗੀ। ਇਹ ਸਿੱਖੀ ਸਿਧਾਂਤਾਂ ਦੇ ਅਨੁਸਾਰ ਵੀ ਇਹੀ ਆ, ਬੰਦੇ ਦਾ ਜਨਮ ਲੈਣਾ ਔਰ ਬੰਦੇ ਦਾ ਮਰਨਾ ਇਹ ਅਕਾਲ ਪੁਰਖ ਦੇ ਹੱਥ, ਕੋਈ ਜੱਜ ਦੇ ਹੱਥ ਇਹ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਆਪਣੀ ਪਾਵਰ ਦਾ ਇਸਤੇਮਾਲ ਕਰੇ ਔਰ ਬੰਦੇ ਨੂੰ ਕਹਿ ਦੇ ਕਿ ਇਹਨੂੰ ਮਾਰ ਦਿਓ ਜਾਂ ਇਹਨੂੰ ਛੱਡ ਦਿਓ। ਇਨਸਾਨ ਜੱਜ ਵੀ ਕੀ ਆ, ਇਨਸਾਨ ਹੀ ਆ ਨਾ, ਫੈਸਲੇ ਗਲਤ ਲੈ ਸਕਦਾ ਹੈ ਨਾ, ਅਤੇ ਉਸ ਉਹਨਾਂ ਜੱਜਾਂ ਦੇ ਹੱਥ ਜਾਂ ਉਸ ਜੁਡੀਸ਼ਰੀ ਦੇ ਹੱਥ ਇਹ ਫੈਸਲਾ ਕਿਉਂ ਦਿੱਤਾ ਜਾਵੇ ਕਿ ਕਿਸੇ ਬੰਦੇ ਦੀ ਜਾਨ ਦੀ ਕੀਮਤ ਜਾਂ ਕਿੰਨੇ ਦਿਨ ਉਹਨੇ ਜਿਉਣਾ ਹੈ ਉਹ ਇੱਕ ਬੰਦਾ ਤੈਅ ਕਰੇ। ਸੋ ਇੰਡੀਆ ਨੂੰ ਚਾਹੀਦਾ ਹੈ ਕਿ ਜਿਹੜੀ ਕੈਪੀਟਲ ਪਨਿਸ਼ਮੈਂਟ ਹੈ ਇਹ ਖਤਮ ਕੀਤੀ ਜਾਵੇ, ਫਾਂਸੀ ਦੀ ਸਜ਼ਾ ਕੰਪਲੀਟਲੀ ਬੰਦ ਹੋਣੀ ਚਾਹੀਦੀ। ਔਰ ਸਾਡੇ ਰਾਜ ਦੇ ਵਿੱਚ ਹੋਇਆ, ਖਾਲਸਾ ਰਾਜ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ। ਸੋ ਇਹ ਖਤਮ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਪ੍ਰੋਵੀਜ਼ਨਸ ਨੇ, ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਖਤਮ ਕਰਕੇ ਇਹਨਾਂ ਦੇ ਕਾਨੂੰਨ ਮੁਤਾਬਕ ਜਿਹੜੀ ਹੋਰ ਕੋਈ ਉਹਨਾਂ ਦੀ ਬਣਦੀ ਹੈ, ਚਾਹੇ ਲਾਈਫ ਟਰਮ ਜਿਹੜੀ ਬਣਦੀ ਆ ਉਹਦੇ 'ਚ ਆਉਣੀ ਚਾਹੀਦੀ। ਔਰ ਇਹਦੇ ਨਾਲ ਜਿਹੜੀ ਦੂਸਰੀ ਇਸੇ ਕੇਸ ਦੇ ਨਾਲ ਜੁੜੀ ਹੋਈ ਗੱਲ ਆ, ਇਹੀ ਜਿਹੜਾ ਅੱਜ ਅਖਬਾਰਾਂ ਦੇ ਵਿੱਚ ਵੀ ਹੌਟ ਇਸ਼ੂ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ, ਇਸ ਗੱਲ ਨੂੰ ਲੈ ਕੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਪਟੀਸ਼ਨ ਕਿ ਉਹਨਾਂ ਦੀ ਫਾਂਸੀ ਨੂੰ ਰੱਦ ਕੀਤਾ ਜਾਵੇ ਜਿਹੜੀ ਕਿ ਪਿਛਲੇ ਤਕਰੀਬਨ 10-11 ਸਾਲਾਂ ਤੋਂ ਲਮਕਦੀ ਪਈ ਆ, ਉਹ ਉਵੇਂ ਨਵੇਂ ਪਈ ਆ। ਭਾਈ ਬਲਵੰਤ ਸਿੰਘ ਰਾਜੋਆਣਾ ਚਾਹੁੰਦੇ ਨੇ ਕਿ ਉਹ ਪਟੀਸ਼ਨ ਵਾਪਸ ਲਈ ਜਾਵੇ। ਸਾਡਾ ਇਹ ਮੰਨਣਾ ਹੈ, ਦਲ ਖਾਲਸਾ ਦਾ ਇਹ ਮੰਨਣਾ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਉਹ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ। ਜਿਹੜਾ ਬੰਦਾ ਜਿਸ ਬੰਦੇ ਨੇ ਐਕਸ਼ਨ ਕੀਤਾ ਆ ਔਰ ਉਹ ਹਿੱਟ ਹੋ ਕੇ ਕਹਿੰਦਾ ਕਿ ਅਸੀਂ ਕੀਤਾ, ਉਹਨੂੰ ਕੋਈ ਗੁਨਾਹ ਥੋੜ੍ਹੀ, ਕੋਈ ਵੱਟ ਬੰਨੇ ਦੇ ਲਈ ਬੰਦਾ ਥੋੜ੍ਹੀ ਮਾਰਿਆ। ਜਿਹੜੇ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਸੀ, ਚਾਹੇ ਉਹ ਵਰਦੀ ਤਾਰੀਖ ਚਾਹੇ ਪੋਲੀਟੀਸ਼ੀਅਨ ਸੀ, ਉਹਨਾਂ ਨੂੰ ਸਜ਼ਾ ਦਿੱਤੀ ਔਰ ਉਹ ਸਜ਼ਾ ਦੇ ਕੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਿਆ ਆ। ਔਰ ਅਸੀਂ ਇਸ ਮਨੁੱਖੀ ਅਧਿਕਾਰ ਦਿਵਸ ਮੌਕੇ ਉਹਨਾਂ ਜਿਹੜੇ ਸਾਡੇ ਯੋਧੇ ਲੰਮੀਆਂ ਜੇਲ੍ਹਾਂ ਭੁਗਤ ਰਹੇ ਨੇ ਉਹਨਾਂ ਦੇ ਹੱਕ ਦੀ ਆਵਾਜ਼ ਵੀ ਇੱਥੇ ਇਸ ਦਿਨ 9 ਦਸੰਬਰ ਨੂੰ ਬਠਿੰਡੇ ਦੀ ਧਰਤੀ 'ਤੇ ਉਠਾਵਾਂਗੇ, ਜਿਨ੍ਹਾਂ ਨੇ ਸਜ਼ਾ ਭੁਗਤ ਲਈਆਂ। ਇੱਕ ਤਾਂ ਹੁੰਦਾ, ਮੈਂ ਜਿਵੇਂ ਪਹਿਲਾਂ ਕਿਹਾ ਟ੍ਰਾਇਲ ਤੋਂ ਰਿਹਾ, ਤੁਸੀਂ ਸਜ਼ਾ ਦਿੱਤੀ, ਕੋਈ ਗੱਲ ਨਹੀਂ, ਅਸੀਂ ਕੋਈ ਐਕਸ਼ਨ ਕੀਤਾ, ਤੁਸੀਂ ਉਹਦੀ ਸਜ਼ਾ ਦਿੱਤੀ, ਗੱਲ ਖਤਮ। ਬਟ ਇਹ ਕਿੱਥੋਂ ਦਾ ਕਾਨੂੰਨ ਆ ਕਿ ਸਜ਼ਾ ਹੋਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਨੂੰ ਕਿੰਨਾ ਕਿੰਨਾ ਚਿਰ ਜੇਲ੍ਹਾਂ ਦੇ ਵਿੱਚ ਰੱਖੋ? ਸੋ ਉਹ ਸਾਰੀਆਂ ਚੀਜ਼ਾਂ ਦੀ ਆਵਾਜ਼ ਅਸੀਂ ਇੱਥੇ ਬੁਲੰਦ ਕਰਾਂਗੇ ਔਰ ਹਰ ਉਸ ਮਨੁੱਖੀ ਅਧਿਕਾਰੀ ਦਾ ਜਿਹੜਾ ਘਾਣ ਇੰਡੀਆ ਕਰਦਾ ਪਿਆ ਆ ਉਹਦੇ ਵਿਰੋਧ ਵਿੱਚ ਖੜਾਂਗੇ। ਔਰ ਇੱਕ ਗੱਲ ਅਖੀਰ ਜਿਹੜੀ ਮੈਂ ਇਹਦੇ ਵਿੱਚ ਜੋੜਨੀ ਚਾਹੁੰਦਾ ਇਹ ਆ ਕਿ ਖਾਸ ਤੌਰ 'ਤੇ ਪਿਛਲੇ ਕੁਝ ਸਮੇਂ ਦਾ ਅਸੀਂ ਵੇਖਦੇ ਹਾਂ ਕਿ ਜਿੱਥੇ ਕਿਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੀ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਇਨਸਾਨ ਜਦੋਂ ਪਬਲਿਕ ਦੇ ਵਿੱਚ ਆਉਣਾ ਚਾਹੁੰਦਾ ਆ ਤਾਂ ਪੰਜਾਬ ਪੁਲਿਸ ਦਾ ਰਵੱਈਆ ਬਹੁਤ ਨਾ ਪੱਖੀ ਹੁੰਦਾ। ਉਹ ਹਰ ਹੱਥ ਕੰਡੇ ਅਪਣਾਉਣ ਦੀ ਕੋਸ਼ਿਸ਼ ਕਰਦਾ ਜਿਹਦੇ ਨਾਲ ਉਹਦੀ ਆਵਾਜ਼ ਬੰਦ ਕੀਤੀ ਜਾਵੇ। ਇੱਥੇ ਆਮ ਸੜਕਾਂ ਦੇ ਉੱਤੇ ਕਤਲ ਹੁੰਦੇ ਫਿਰਦੇ ਨੇ ਨਿੱਕੀ ਜੀ ਗੱਲ ਵਾਸਤੇ, ਉੱਥੇ ਪ੍ਰਸ਼ਾਸਨ ਫੇਲ ਆ। ਅਤੇ ਜਿਸ ਬੰਦੇ ਨੇ ਆਪਣੇ ਹੱਕ ਦੀ ਗੱਲ ਕਰਨੀ ਹੁੰਦੀ ਆ, ਆਪਣੇ ਮੁੱਖੀ ਅਧਿਕਾਰਾਂ ਦੀ ਗੱਲ ਕਰਨੀ ਹੁੰਦੀ ਆ, ਉਹਦੇ ਅਧਿਕਾਰ ਖੋ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਜਾਂਦਾ, ਜੇਲ੍ਹਾਂ ਦੇ ਵਿੱਚ ਬੰਦ ਕੀਤਾ। ਸੋ ਪੁਲਿਸ ਨੂੰ ਆਪਣੀ ਅਪਰੋਚ ਬੰਦ ਕਰਨੀ ਚਾਹੀਦੀ ਆ ਔਰ ਜਿਹੜੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਔਰ ਰਾਈਟ ਟੂ ਸਪੀਚ, ਰਾਈਟ ਟੂ ਫਰੀਡਮ ਦੇ ਜਿਹੜੀਆਂ ਗੱਲਾਂ ਇਹਨਾਂ ਦੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਅਖੀਰ ਦੀ ਸਾਰੀ ਗੱਲ ਨੂੰ ਸਮੇਟਾਂ ਕਿ 9 ਦਸੰਬਰ ਨੂੰ ਬਠਿੰਡੇ ਦੀ ਧਰਤੀ ਦੇ ਉੱਤੇ ਵਰਲਡ ਹਿਊਮਨ ਰਾਈਟਸ ਡੇ ਮੌਕੇ ਸਾਰਾ ਕੁਝ ਹੋਵੇਗਾ ਔਰ ਅਸੀਂ ਐਮਨੈਸਟੀ ਇੰਟਰਨੈਸ਼ਨਲ ਔਰ ਹਿਊਮਨ ਰਾਈਟਸ ਵਾਚ ਜਿਹੜੀਆਂ ਕਿ 2 ਸੰਸਥਾਵਾਂ ਇੰਟਰਨੈਸ਼ਨਲੀ ਕੰਮ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੇ ਉੱਤੇ, ਉਹਨਾਂ ਦੀਆਂ ਟੀਮਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਆਓ ਪੰਜਾਬ ਦੇ ਵਿੱਚ, ਇੱਥੇ ਦੇ ਲੋਕਾਂ ਨਾਲ ਕਰੋ ਗੱਲ, ਪੁੱਛੋ ਇੱਥੇ ਦੇ ਲੋਕਾਂ ਨੂੰ ਕੀ ਹਾਲਾਤ ਨੇ ਇੱਥੇ ਮਨੁੱਖੀ ਅਧਿਕਾਰਾਂ ਦੇ। ਉਹਨਾਂ ਦੀਆਂ ਟੀਮਾਂ ਨੂੰ ਅਸੀਂ ਲੈਟਰ ਵੀ ਪਾਵਾਂਗੇ ਕਿ ਉਹ ਪੰਜਾਬ ਦੀ ਧਰਤੀ ਦੇ ਉੱਤੇ ਆਉਣ ਔਰ ਇੰਡੀਆ ਦੀ ਜਿਹੜੀ ਰਿਐਲਿਟੀ ਆ, ਜਿਸ ਤਰੀਕੇ ਦੇ ਨਾਲ ਇੱਥੇ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਆ, ਉਹਨੂੰ ਦੁਨੀਆ ਦੇ ਵਿੱਚ ਜਨਤਾ ਕਰਾਂ। ਸੋ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਇੱਥੇ ਮਾਰਚ ਕਰਾਂਗੇ ਔਰ ਉਹਦੇ ਲਈ ਦਲ ਖਾਲਸਾ ਨੇ ਪਿਛਲੇ ਦਿਨ ਐਲਾਨ ਕੀਤਾ ਸੀ, ਜਿਹੜਾ ਅੱਜ ਵੀ ਇਸ ਸੱਚ ਖੜਾ ਆ। ਔਰ 9 ਤਰੀਕ ਨੂੰ ਅਸੀਂ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਬਠਿੰਡੇ ਦੀ ਧਰਤੀ 'ਤੇ ਪਹੁੰਚ ਸਕਦਾ ਆ ਪਹੁੰਚੇ,
ਜਿਹੜਾ ਨਹੀਂ ਪਹੁੰਚ ਸਕਦਾ ਦੂਰ ਦੁਰਾਡੇ ਬੈਠਾ ਆ, ਉਹ ਆਪੋ ਆਪਣੇ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਨਿਕਲੇ ਔਰ ਆਪਣੇ ਹੱਕਾਂ ਦੀ ਗੱਲ ਕਰੇ।